ਸ਼ਾਦੀ ਬਾਣੀ ਤੇ ਕਹਿ ਰਹੀ ਹੈ ਨਾਮ ਤੇ ਆਏ ਸੋ ਸ਼ੁਕਰ। ਹੁਣ ਅਗਲੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜੈ ਪ੍ਰਸਾਦ ਪਾਠ ਪਟੰਬਰ ਖੰਡਾਵੈ। ਮਾਲਕ ਦੇ ਜੀ ਦੀ ਮਿਹਰ ਸਦਕਾ, ਜੀ ਦੀ ਕਿਰਪਾ ਸਦਕਾ ਪਾਠ ਕੱਪੜੇ ਰੇਸ਼ਮੀ ਪੱਟ ਰੇਸ਼ਮ ਦਾ ਕੱਪੜਾ ਪਟੰਬਰ ਕੱਪੜਾ ਰੇਸ਼ਮ ਦਾ ਕੱਪੜਾ ਪਾ ਕੇ ਮਹਿੰਗੇ ਕੀਮਤੀ ਕੱਪੜੇ ਖੰਡਾਉਣਾ ਹੈ। ਹੁਣ ਜਦੋਂ ਅਸੀਂ ਕੱਪੜਾ ਪਾਈਏ ਮਾਲਕ ਦਾ ਸ਼ੁਕਰ ਅਦਾ ਕਰੀਏ ਤਾਂ ਫਿਰ ਗੱਲ ਉੱਥੇ ਆ ਗਈ ਨਾ। ਹੁਣ ਮੈਂ ਤੇ ਸੋਚੀ ਪਿਆ ਹੋਇਆ ਵੀ ਅੱਜ ਕਿਹੜਾ ਕੱਪੜਾ ਪਾਊ, ਅਲਮਾਰੀਆਂ ਮੇਰੀਆਂ ਨੂੰ ਸਾਹ ਨਹੀਂ ਆਉਂਦਾ, ਮੈਨੂੰ ਸੋਚਣਾ ਪੈਂਦਾ, ਸਲਾਹ ਕਰਨੀ ਪੈਂਦੀ, ਪੁੱਛਣਾ ਪੈਂਦਾ। ਹੁਣ ਸਤਿਗੁਰ ਤੇ ਫੁਰਮਾਨ ਕਰਦੇ ਨੇ, ਜੈ ਪ੍ਰਸਾਦ ਪਾਠ ਪਟੰਬਰ ਖੰਡਾਵੈ ਤਿਸੈ ਤਿਆਗਤ ਅਵਰ ਲੁਭਾਵੈ। ਮਾਲਕ ਕਹਿੰਦੇ ਜਿਹਦੀ ਮਿਹਰ ਸਦਕਾ ਤੂੰ ਅੰਨ ਸੁਵੰਨੇ ਕੀਮਤੀ ਰੇਸ਼ਮੀ ਕੱਪੜੇ ਪਾਉਣਾ ਤਿਸੈ ਤਿਆਗ, ਉਹਨੂੰ ਛੱਡ ਕੇ ਕਤ ਅਵਰ ਲੁਭਾਵੈ, ਕਿਉਂ ਤੂੰ ਦੂਜੇ ਪਾਸੇ ਲੁਭਾਏਮਾਨ ਹੋਏ, ਭਾਵ ਕਿ ਕਿਉਂ ਤੂੰ ਦੂਜੇ ਪਾਸੇ ਜਾਣਾ। ਕਿੰਨੀਆਂ ਬਖਸ਼ਿਸ਼ਾਂ ਉਸ ਮਾਲਕ ਨੇ ਕੀਤੀਆਂ। ਫਿਰ ਅਗਲੀ ਗੱਲ ਵੇਖੋ, ਹਜੂਰ ਬਚਨ ਕਰਦੇ ਨੇ, ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾ ਬੀਜੈ। ਹਜੂਰ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੂੰ ਸੁਖ ਦੀ ਨੀਂਦਰ ਸੁਣਨਾ ਹੈ। ਉਹਨਾਂ ਨੂੰ ਪੁੱਛ ਕੇ ਵੇਖੋ ਜੀ ਕਿਉਂ ਨੀਂਦਰ ਆਉਂਦੀ ਨਹੀਂ, ਪੁੱਛ ਕੇ ਵੇਖੋ। ਤੇ ਜੇ ਬੰਦੇ ਨੂੰ ਨੀਂਦ ਨਾ ਆਵੇ ਪਰ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦਾ, ਇਸ ਕਰਕੇ ਕੋਸ਼ਿਸ਼ ਕਰੋ ਟਾਈਮ ਨਾਲ ਸੋਵੋ ਟਾਈਮ ਨਾਲ ਉੱਠੋ, ਜਿੰਨੀ ਸਰੀਰ ਨੂੰ ਲੋੜ ਹੈ ਜ਼ਰੂਰਤ ਹੈ ਉਨੀ ਨੀਂਦ ਵੀ ਲਵੋ। ਸਾਹਿਬ ਜੀ ਨੇ ਕੀ ਫਰਮਾਇਆ ਕਿ ਜਿਹਦੀ ਮਿਹਰ ਸਦਕਾ ਤੂੰ ਸੁੱਖ ਦੇ ਨਾਲ ਸੌਣਾ ਆ, ਮਨ ਆਠ ਪਹਿਰ ਤਾਕਾ ਜਸ ਗਾ ਬੀਜੈ, ਮਨ ਅੱਠੋ ਪਹਿਰ ਉਹਦਾ ਜਸ ਗਾਉਣਾ ਚਾਹੀਦਾ। ਹੁਣ ਤੁਸੀਂ ਵੇਖੋ ਮਾਲਕ ਨੇ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਸੁੱਖ ਦਾ ਕਿੰਨਾ ਖਿਆਲ ਰੱਖਿਆ, ਸਾਨੂੰ ਸਵਾਣ ਦੇ ਵਾਸਤੇ ਉਹਨੇ ਇੱਕ ਦਾਈ ਮੁਕਰਰ ਕੀਤੀ ਹੈ, ਸਾਨੂੰ ਖੰਡਾਉਣ ਦੇ ਵਾਸਤੇ ਉਹਨੇ ਇੱਕ ਖੰਡਾਵਾ ਮੁਕਰਰ ਕੀਤਾ। ਕੀ ਨੇ? ਅਕਾਲ ਪੁਰਖ ਨੇ। ਅਕਾਲ ਪੁਰਖ ਨੇ ਸਾਨੂੰ ਖੰਡਾਉਣ ਵਾਸਤੇ ਇੱਕ ਖੰਡਾਵਾ ਮੁਕਰਰ ਕੀਤਾ, ਸਾਨੂੰ ਸਵਾਣ ਦੇ ਵਾਸਤੇ ਇੱਕ ਖਿਡਾਵੀ ਮੁਕਰਰ ਕੀਤੀ ਹੈ। ਔਰ ਵਚਨ ਤੁਸੀਂ ਰੋਜ਼ ਪੜ੍ਹਦੇ ਹੋ, ਇੱਕ ਦਾ ਨਾਮ ਦਿਨ ਹੈ ਇੱਕ ਦਾ ਨਾਮ ਰਾਤ ਹੈ। ਹਜੂਰ ਦਾ ਵਚਨ ਪਕੜ ਚ ਆ ਗਿਆ ਹੋਣਾ, ਹੁਣ ਦਿਵਸ ਰਾਤ ਦੋਏ, ਦਿਨ ਤੇ ਰਾਤ ਦੋਨੋਂ ਦਾਈ ਦਾਇਆ, ਇੱਕ ਖਿਡਾਵੀ ਹੈ ਇੱਕ ਖਿਡਾਵਾ ਹੈ। ਔਰ ਖੇਡ ਕੌਣ ਰਿਹਾ? ਖੇਲ ਹੈ ਸਾਗਲ ਜਗਤ। ਹੁਣ ਦਿਨ ਸਾਨੂੰ ਕਢਾਉਂਦਾ ਹੈ ਕੰਮਾਂ ਕਾਰਾਂ ਤੇ ਲਾ ਕੇ ਰੱਖਦਾ ਹੈ, ਇਹ ਰਾਤ ਕੀ ਕਰਦੀ ਹੈ? ਸਵਾਹ ਦਿੰਦੀ ਹੈ, ਰਾਤ ਸਵਾਹ ਦਿੰਦੀ ਹੈ। ਦਿਨ ਫਿਰ ਜਗਾਉਂਦਾ, ਚੱਲ ਬਈ ਆ ਤੈਨੂੰ ਮੈਂ ਬਾਹਰ ਕਮਾ ਕੇ ਲਿਆਵਾਂ,
ਚੱਲ ਮੈਂ ਤੈਨੂੰ ਬਾਹਰ ਖੜਾ ਕੇ ਲਿਆਵਾਂ। ਬਾਹਰ ਲੈ ਕੇ ਜਾਣ ਵਾਸਤੇ ਕਢਾਵਾ ਹੈ, ਅੰਦਰ ਰੱਖਣ ਦੇ ਵਾਸਤੇ ਕਢਾਵੀ ਹੈ। ਮਾਲਕ ਦੇ ਜਿਹਨੇ ਤੇਰੇ ਨਾਲ ਪ੍ਰਬੰਧ ਕੀਤਾ ਹੈ, ਮਨ ਆਟ ਪੈਰ ਤਾਕਾ ਜਸ ਗਾ ਬੀਜਾ, ਉਹਦਾ ਜਸ ਗਾ ਤੂੰ ਕਿਉਂ ਨਹੀਂ ਗਾਉਂਦਾ। ਅਗਲੀ ਗੱਲ ਹਜੂਰ ਵਚਨ ਕਰਦੇ ਨੇ, ਜੈ ਪ੍ਰਸਾਦ ਤੁਝ ਸਭ ਕਉ ਮਨ, ਜਿਹਦੀ ਮਿਹਰ ਸਦਕਾ, ਜਿਹਦੀ ਕਿਰਪਾ ਸਦਕਾ ਹਰ ਪਾਸੇ ਤੈਨੂੰ ਆਦਰ ਮਿਲਦਾ, ਮਾਨ ਅਤੇ ਸਨਮਾਨ ਮਿਲਦਾ, ਤੇ ਤੂੰ ਇੱਕ ਕੰਮ ਕਰਿਆ ਕਰ, ਮੁਖ ਤਾਕੋ ਜਸ ਰਚਨ ਵਖਾਨਾ, ਆਪਣੇ ਮੂੰਹ ਦੇ ਰਾਹੀਂ ਆਪਣੀ ਜੇਬਾਂ ਦੇ ਰਾਹੀਂ ਉਸ ਮਾਲਕ ਦਾ ਜਸ ਹੀ ਗਾ ਲਿਆ ਕਰ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣਾ ਤੇਰਾ ਦਾਤਾ, ਵਡਿਆਈ ਤੇਰੀ ਹੈ, ਇਹ ਆਦਰ ਤੇਰਾ ਦਿੱਤਾ ਹੈ, ਇਹ ਮਾਨ ਤੇਰਾ ਦਿੱਤਾ ਹੈ, ਇਹ ਸਤਿਕਾਰ ਤੇਰਾ ਦਿੱਤਾ ਹੋਇਆ, ਮੈਨੂੰ ਕੌਣ ਜਾਣਦਾ। ਅਗਲੀ ਗੱਲ ਸਾਹਿਬ ਜੀ ਨੇ ਪ੍ਰਮਾਣ ਕੀਤਾ, ਕਹਿ ਪ੍ਰਸਾਦ ਤੇਰੋ ਰਹਿਤਾ ਧਰਮਾ, ਮਾਲਕ ਨੇ ਜਿਹਦੀ ਮਿਹਰ ਸਦਕਾ ਤੇਰੀ ਪ੍ਰਤਿਗਿਆ ਰਹਿ ਗਈ। ਬੰਦਾ ਕਹਿੰਦਾ ਵੀ ਮੈਂ ਜ਼ੁਬਾਨ ਤੇ ਕਰਦੀ ਆ, ਉਹ ਜ਼ੁਬਾਨ ਤੇ ਮੈਂ ਕਰਦੀ ਹੈ, ਜ਼ੁਬਾਨ ਕਰਨੀ ਸੌਖੀ ਹੈ ਤੇ ਜ਼ੁਬਾਨ ਦਾ ਪੱਕੇ ਰਹਿਣਾ ਉਸ ਤੋਂ ਵੀ ਔਖਾ ਹੈ। ਪਰ ਅਸੀਂ ਕੀ ਕਹਿੰਦੇ ਹਾਂ, ਮਾਲਕ ਨੇ ਬੜੀ ਕਿਰਪਾ ਕੀਤੀ ਮੇਰੀ ਤੇ ਜ਼ੁਬਾਨ ਰਹਿ ਗਈ, ਨਹੀਂ ਤਾਂ ਮੇਰਾ ਤਾਂ ਨਿਕਲ ਜਾਣਾ ਸੀ ਜਲੂਸ ਸਾਰਿਆਂ ਦੇ ਵਿੱਚ। ਪਰ ਮਾਲਕ ਨੇ ਬਚਾ ਲਿਆ, ਮਾਲਕ ਨੇ ਮਿਹਰ ਕਰ ਦਿੱਤੀ। ਪਾਤਸ਼ਾਹ ਕਹਿੰਦੇ ਮਨ ਸਦਾ ਤੇ ਆਏ ਕੇਵਲ ਪਾਰ ਬ੍ਰਹਮ, ਮਨ ਤੂੰ ਸਦਾ ਇੱਕ ਅਕਾਲ ਨੂੰ ਧਿਆਉਣਾ ਕਰ, ਜਿਹਦੀ ਮਿਹਰ ਸਦਕਾ ਤੇਰਾ ਧਰਮ ਰਹਿ ਗਿਆ, ਜਿਹਦੀ ਮਿਹਰ ਸਦਕਾ ਤੈਨੂੰ ਆਦਰ ਮਾਣ ਸਨਮਾਨ ਸਤਿਕਾਰ ਮਿਲਦਾ, ਜਿਹਦੀ ਮਿਹਰ ਸਦਕਾ ਤੈਨੂੰ ਸੋਹਣਾ ਸਰੀਰ ਮਿਲਿਆ, ਜਿਹਦੀ ਮਿਹਰ ਸਦਕਾ ਤੈਨੂੰ ਹੱਥ ਮਿਲੇ, ਪੈਰ ਮਿਲੇ, ਕੰਨ ਮਿਲੇ, ਅੱਖਾਂ ਮਿਲੀਆਂ, ਨੱਕ ਮਿਲੀ, ਜੇਬਾ ਮਿਲੀ, ਜਿਹਦੀ ਮਿਹਰ ਸਦਕਾ ਤੈਨੂੰ ਖਾਣ ਵਾਸਤੇ, ਪਾਉਣ ਵਾਸਤੇ, ਰਹਿਣ ਵਾਸਤੇ, ਧਰਤੀ ਸਭ ਕੁਝ ਮਿਲਿਆ। ਸਾਹਿਬ ਜੀ ਨੇ ਅਗਲੀ ਗੱਲ ਆਖੀ, ਉਹ ਫਰਮਾਨ ਕੀਤਾ, ਪ੍ਰਭ ਜੀ ਜਾਪਤ ਦਰਗਾਹ ਮਾਨ ਪਾਵੈ, ਉਸ ਪਰਮੇਸ਼ਰ ਨੂੰ ਜਿਹੜੀ ਜਪਣ ਲੱਗ ਪੈਂਦੇ ਨੇ ਉਹਨਾਂ ਦਾ ਦਰਗਾਹ ਚ ਮਾਨ ਮਿਲਦਾ, ਉਹਨਾਂ ਨੂੰ ਸਨਮਾਨ ਮਿਲਦਾ, ਸਤਿਕਾਰ ਮਿਲਦਾ, ਉੱਥੇ ਧੱਕਾ ਹੀ ਮਾਰਦਾ ਕੋਈ, ਤੇਰੇ ਦਰਗਾਹ ਕਹਿ ਨਾ ਕਹੋ ਆਓ ਬੈਠ ਆਦਰ ਸ਼ੁਭ ਦੇ, ਉੱਥੇ ਕੋਈ ਧੱਕਾ ਨਹੀਂ ਮਾਰਦਾ। ਖਿਆਲ ਨਾਨਕ ਪਤ ਸੇਤੀ ਘਰ ਜਾਵੇ, ਇਹ ਨਾਨਕ ਆਖ ਸਾਹਿਬ ਨਾਨਕ ਜੀ ਪ੍ਰਵਾਨ ਕਰਦੇ ਨੇ ਪੰਜਵੇਂ ਪਾਤਸ਼ਾਹ, ਉਹ ਇੱਜ਼ਤ ਦੇ ਨਾਲ ਆਪਣੇ ਘਰ ਜਾਂਦਾ ਹੈ, ਤੈਨੂੰ ਬੇਇੱਜ਼ਤ ਨਹੀਂ ਹੋਣਾ ਪੈਂਦਾ। ਸਤਿਗੁਰੂ ਜੀ ਨੇ ਬਾਣੀ ਚ ਵਚਨ ਕੀਤਾ, ਬੇਇੱਜ਼ਤ ਕਿਹਨੂੰ ਹੋਣਾ ਪੈਂਦਾ, ਜਿਤ ਮੁੱਖ ਨਾਮ ਨਾ ਉਕਰੈ ਬਿਨ ਨਾਮੈ ਰਤ ਖਾਹੇ, ਨਾਨਕ ਇਹ ਵੈ ਜਾਣੀਐ ਤਿਤ ਮੁੱਖ ਤੁੱਕਾ ਪਾਹੇ, ਕਿਸੇ ਦੇ ਮੂੰਹ ਤੇ ਥੁੱਕਣਾ ਮਤਲਬ ਅਗਲੇ ਨੂੰ ਬੇਇੱਜ਼ਤ ਕਰ ਦੇਣਾ। ਜਿਹੜੇ ਨਾਮ ਤੋਂ ਸਖਣੇ ਨੇ, ਨਹੀਂ ਨਾਮ ਜਪਦੇ, ਬਿਨਾਂ ਜਪਿਆਂ ਖਾਂਦੇ ਨੇ, ਮਾਲਕ ਕਹਿੰਦੇ ਉਹਨਾਂ ਨੂੰ ਬੇਇੱਜ਼ਤ ਹੋਣਾ ਚਾਹੀਦਾ।
ਅਗਲੀ ਗੱਲ ਸਤਿਗੁਰੂ ਜੀ ਨੇ ਬੜੀ ਕਮਾਲ ਦੀ ਕੀਤੀ ਹੈ। ਸਭ ਕਹਿੰਦੇ ਸੰਸਾਰ ਦੇ ਉਸ ਹਰ ਇੱਕ ਵਿਅਕਤੀ ਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਜਿਹਦੇ ਕੋਲੇ ਤੰਦਰੁਸਤ ਸਰੀਰ ਹੈ, ਚਾਹੇ ਪ੍ਰਸਾਦ ਅਰੋਗ ਕੰਚਨ ਦੇਹੀ ਸੋਨੇ ਵਰਗੀ ਰੋਗ ਤੋਂ ਰਹਿਤ ਸਰੀਰ ਹੈ ਜਿਹਦੇ ਕੋਲੇ, ਉੱਥੇ ਰੱਬ ਦਾ ਲੱਖ ਸ਼ੁਕਰ ਕਰੇ ਕਿ ਮਾਲਕਾ ਤੇਰਾ ਤੇ ਸ਼ੁਕਰ ਹੀ ਬੜਾ ਹੈ ਕਿ ਮੇਰੇ ਸਰੀਰ ਚ ਰੋਗ ਹੀ ਕੋਈ ਨਹੀਂ। ਕਦੇ ਰੋਗੀਆਂ ਨੂੰ ਪੁੱਛ ਕੇ ਵੇਖੋ, ਪੁੱਛਣ ਦੀ ਵੀ ਵੈਸੇ ਜ਼ਰੂਰਤ ਨਹੀਂ ਸਮਝਦਾ ਮੈਂ, ਕਿਉਂਕਿ ਜੀਵਨ ਦੇ ਅੰਦਰ ਰੋਗ ਤੇ ਆਉਂਦੇ ਨੇ ਔਰ ਚਲੇ ਜਾਂਦੇ। ਪਰ ਸਾਹਿਬ ਜੀ ਪ੍ਰਮਾਣ ਕਰਦੇ ਨੇ, ਨਿਵਲਾਵੋ ਤੇ ਰਾਮ ਸਨੇਹੀ, ਉਸ ਪਿਆਰੇ ਰਾਮ ਦੇ ਨਾਲ ਜਿਹੜਾ ਸਾਰੇ ਚ ਰਮਿਆ ਹੋਇਆ ਸਰਬ ਵਿਆਪਕ ਹੈ ਮਾਲਕ, ਕਹਿੰਦੇ ਉਹਦੇ ਨਾਲ ਸ਼ਬਦ ਜੋੜ, ਮਾਲਕਾ ਤੇਰੀ ਬਹੁਤ ਕਿਰਪਾ ਹੈ ਕਿ ਤੇਰੀ ਕਿਰਪਾ ਸਦਕੇ ਮੈਨੂੰ ਤੰਦਰੁਸਤੀ ਮਿਲੀ ਹੋਈ। ਨਹੀਂ ਤਾਂ ਸਤਿਗੁਰੂ ਜੀ ਨੇ ਬਾਣੀ ਚ ਵਰਣਨ ਕੀਤਾ। ਹੁਣ ਇੱਕ ਪਾਸੇ ਤੇ ਦੇਖੋ ਅਰੋਗ ਕੰਚਨ ਦੇਹੀ, ਇੱਕ ਪਾਸੇ ਸਾਹਿਬ ਜੀ ਨੇ ਬਚਨ ਕੀਤਾ ਜੋ ਜੋ ਦਿਸਦਾ ਸੋ ਸੋ ਰੋਗੀ। ਜਿਹੜਾ ਵੀ ਦਿਸਦਾ ਰੋਗੀ ਹੈ, ਹੁਣ ਉਹ ਕਿਹੜੇ ਰੋਗ ਨੇ ਜਿਹੜੇ ਸੰਸਾਰ ਦੇ ਹਰ ਇੱਕ ਜੀਵ ਜੰਤ ਨੂੰ ਲੱਗੇ ਹੋਏ, ਉਹਨਾਂ ਰੋਗਾਂ ਦਾ ਜ਼ਿਕਰ ਵੀ ਬਾਣੀ ਚ ਮੇਰੇ ਮਾਲਕ ਨੇ ਕੀਤਾ। ਪਹਿਲੀ ਸਲੋਕ ਚ ਪਹਿਲਾਂ ਗੱਲ ਹੀ ਉਹਨਾਂ ਰੋਗਾਂ ਦੀ ਕੀਤੀ ਹੈ, ਕਾਮ ਕ੍ਰੋਧ ਅਲੋਭ ਮੋਹ ਬਿਨਸ ਜਾਏ ਅੰਗ ਮੇ, ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ, ਇਹ ਰੋਗ ਲੱਗੇ ਹੋਏ ਨੇ। ਕੁਝ ਰੋਗ ਸਰੀਰਕ ਨੇ, ਕੁਝ ਰੋਗ ਮਾਨਸਿਕ ਨੇ, ਔਰ ਕੁਝ ਮਾਨਸਿਕ ਵੀ ਨੇ ਔਰ ਸਰੀਰਕ ਵੀ ਨੇ। ਇਸ ਤੋਂ ਅੱਗੇ ਸਾਹਿਬ ਜੀ ਨੇ ਫਰਮਾਨ ਕੀਤਾ ਜੈ ਪ੍ਰਸਾਦ ਤੇਰਾ ਉਲਾ ਰਹਿਤ, ਬਈ ਜਿਹਦੀ ਮਿਹਰ ਸਦਕਾ ਤੇਰਾ ਪਰਦਾ ਢੱਕਿਆ ਰਹਿੰਦਾ ਹੈ। ਅੱਛਾ, ਅਸੀਂ ਤੇ ਆਪਣੇ ਵੱਲੋਂ ਪੂਰੇ ਪੜਦੇ ਪੜਦੇ ਲਾਉਂਦੇ ਹਾਂ, ਪਰ ਖੋਲਣ ਵਾਲੇ ਖੋਲ ਦਿੰਦੇ ਸਾਡੇ ਪਰਦੇ। ਪਤਾ ਨੀ ਕਿੱਥੋਂ ਕਿੱਥੋਂ ਜਾਣਕਾਰੀ ਕੱਢ ਕੇ ਲਿਆਉਂਦੇ ਸਾਡੇ ਬਾਰੇ, ਕਿੰਨੀ ਕੱਢ ਕੇ ਲਿਆਉਂਦੇ, ਅਸੀਂ ਤੇ ਹੈਰਾਨ ਹੁੰਦੇ ਹਾਂ ਵੀ ਕਮਾਲ ਦੀ ਬਾਤ ਹੈ, ਇਹਨੂੰ ਜਾਣਕਾਰੀ ਕਿੱਥੋਂ ਲੱਗ ਗਿਆ। ਅਗਲੇ ਸਭ ਸਾਰੀ ਕਬਰ ਰੱਖਦੇ ਪੂਰੇ, ਪਰ ਸਾਹਿਬ ਨੇ ਪ੍ਰਮਾਣ ਕੀਤਾ ਜਿਹਦਾ ਪੜਦਾ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਢੱਕਦਾ ਹੈ, ਉਹਦਾ ਫਿਰ ਪੜਦਾ ਕੋਈ ਚੁੱਕ ਨਹੀਂ ਸਕਦਾ ਜੀ। ਮਨ ਸੁਖ ਪਾਵੈ ਖਾਰ ਖਾਰ ਜਸ ਕਹਿਤ, ਮਨਾ ਜੇ ਤੂੰ ਹਰ ਜਸ ਆਪਣੇ ਮੂੰਹ ਤੋਂ ਰਸਨਾ ਤੋਂ ਆਖੇ ਤਾਂ ਤੇਰਾ ਜੀਵਨ ਸੁਖੀ ਹੋ ਜਾਏਗਾ। ਅਗਲੀ ਗੱਲ ਸਤਿਗੁਰੂ ਜੀ ਨੇ ਹੋਰ ਕਮਾਲ ਦੀ ਕੀਤੀ ਔਰ ਫਰਮਾਨ ਕੀਤਾ ਜੈ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ। ਛਿੱਦਰ ਕਿਹਨੂੰ ਕਹਿੰਦੇ ਨੇ? ਛੇਕ ਜਿਹੜੇ ਨੇ, ਸੁਰਾਖ ਜਿਹੜੇ ਨੇ। ਬਾਬੇ ਕਬੀਰ ਦਾ ਇੱਕ ਬਚਨ ਹੈ, ਕਬੀਰ ਬੇੜਾ ਜ਼ਰ ਜ਼ਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਹੁਣ ਬੇੜੀ ਅੰਦਰ ਇੱਕ ਮੋਰੀ ਹੋ ਜਾਏ ਤੇ ਬੇੜੀ ਡੁੱਬ ਜਾਂਦੀ ਹੈ, ਇੱਥੇ ਤੇ ਹਜ਼ਾਰ ਛੇਕ ਨੇ, ਹੈ ਕੋਈ ਉਮੀਦ ਬਚਣ ਦੀ?
ਉਹ ਸਾਹਿਬ ਜੀ ਨੇ ਬਚਨ ਕੀਤਾ, ਜੈ ਪ੍ਰਸਾਦ ਤੇਰੇ ਸਗਲ ਛਿੱਦਰ ਢੱਕ ਕੇ ਸਾਰੇ। ਹੁਣ ਛਿੱਦਰ ਤੋਂ ਭਾਵ ਹੈ ਮੋਰੀ, ਤੇ ਮੋਰੀ ਤੋਂ ਭਾਵ ਹੈ ਕਮਜ਼ੋਰੀ, ਜਿਹਦੀ ਮਿਹਰ ਸਦਕਾ ਤੇਰੀਆਂ ਕਮਜ਼ੋਰੀਆਂ ਲੁਕੀਆਂ ਹੋਈਆਂ ਨੇ, ਜਿਹਦੀ ਮਿਹਰ ਸਦਕਾ ਤੇਰੇ ਜਿਹੜੇ ਦੋਸ਼ ਨੇ, ਜਿਹੜੇ ਤੇਰੇ ਐਬ ਨੇ, ਉਹ ਦੱਬੇ ਹੋਏ ਨੇ, ਟਕੇ ਹੋਏ ਨੇ, ਪਤਾ ਹੀ ਨਹੀਂ ਲੱਗਦਾ ਮੇਰੇ ਚ ਕੋਈ ਐਬ ਵੀ ਹੈ। ਸਤਿਗੁਰੂ ਨੇ ਬਚਨ ਕੀਤਾ, ਭਾਈ ਤੂੰ ਉਹਨੂੰ ਯਾਦ ਕਰ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤੱਕ। ਉਹ ਮਨ ਉਹਦੀ ਸ਼ਰਨੀ ਪੈ, ਉਸ ਠਾਕੁਰ ਦੀ ਸ਼ਰਨਾ। ਆਪਾਂ ਬਾਣੀ ਪੜ੍ਹੀਏ, ਸਾਹਿਬ ਨੇ ਬਾਣੀ ਨੂੰ ਬਚਨ ਕੀਤਾ, ਦਰਗੁਣ ਰਾਖ ਲਿਆ ਸਤਨ ਕਾ ਸਦਕਾ, ਸਤਿਗੁਰ ਟਾਕ ਲਿਆ ਮੋਹੇ ਪਾਪੀ ਪੜਦਾ। ਗੁਰੂ ਹੈ ਹੀ ਪੜਦੇ ਢੱਕ। ਤੁਸੀਂ ਦੇਖੋ ਜਿੰਨੇ ਕੁ ਆ ਕੇ ਬੈਠੇ ਹੋ ਸਤਿਗੁਰੂ ਦੇ ਕੋਲੇ, ਬੈਠਦੇ ਹੋ ਸਤਿਗੁਰੂ ਦੇ ਕੋਲੋਂ ਬਾਣੀ ਪੜ੍ਹਦੇ ਸੁਣ, ਸਤਿਗੁਰੂ ਨੇ ਤੁਹਾਨੂੰ ਕਦੇ ਕਿਸੇ ਬਾਰੇ ਕੋਈ ਗੱਲ ਕਹੀ ਹੈ? ਕੋਈ ਇੱਕ ਸਤਸੰਗ ਹੀ ਕਹਿ ਦੇ ਵੀ ਸਤਿਗੁਰੂ ਜੀ ਨੇ ਮੈਨੂੰ ਇਹਦੇ ਬਾਰੇ ਆਹ ਗੱਲ ਕਹੀ ਹੈ। ਸਤਿਗੁਰੂ ਨੇ ਕਦੇ ਕਿਸੇ ਬਾਰੇ ਕੋਈ ਗੱਲ ਨਹੀਂ ਕੀਤੀ, ਨਾ ਹੀ ਸਤਿਗੁਰੂ ਕਰਦਾ, ਨਾ ਹੀ ਸਤਿਗੁਰੂ ਦਾ ਸੁਭਾਅ ਹੈ, ਕਿਉਂਕਿ ਸਤਿਗੁਰੂ ਦਾ ਸੁਭਾਅ ਤੇ ਪੜ੍ਹਦੇ ਢੱਕ। ਹੁਣ ਸਤਿਗੁਰੂ ਨੇ ਇੱਕ ਪਾਸੇ ਰੱਖਿਆ ਸੀ, ਆਪਸ ਵਿੱਚ ਗੱਲ ਕਰੀਏ, ਅਸੀਂ ਤੇ ਛੱਤੀ ਗੱਲਾਂ ਇੱਕ ਦੂਜੇ ਬਾਰੇ ਕਰਦੇ ਹਾਂ। ਅੱਛਾ, ਜੇ ਨਾ ਵੀ ਪਤਾ ਹੋਵੇ ਤਾਂ ਵੀ ਕਰਦੇ ਹਾਂ, ਹੁਣ ਪਤਾ ਵੀ ਫਿਰ ਕਿਵੇਂ ਕਰਦੇ ਹਾਂ? ਮੈਂ ਨਾ ਸੁਣਿਆ, ਹੋ ਸਕਦਾ ਸੁਣਿਆ ਝੂਠ ਵੀ ਹੋਵੇ, ਜ਼ਰੂਰੀ ਥੋੜੀ ਹੈ ਬੋਲਣ ਵਾਲਾ ਸੱਚ ਬੋਲ ਗਿਆ ਹੋਵੇ। ਮੈਂ ਸੁਣਿਆ, ਤੇ ਜਦੋਂ ਇੱਕ ਵਾਰੀ ਬੰਦਾ ਕੋਈ ਮੂੰਹ ਗੱਲ ਕੱਢ ਦਿੰਦਾ ਨਾ ਜੀ, ਉਹ ਫਿਰ ਅਫਵਾਹ ਫੈਲ ਜਾਂਦੀ, ਵਾਜੇ ਪਵਨ ਆਖਿਆ ਸਭ ਜਾਏ, ਕੰਮ ਤੁਸੀਂ ਬੰਦ ਥੋੜੀ ਕਰ ਲਓਗੇ। ਅੱਛਾ, ਜਦੋਂ ਫਿਰ ਜਿਸ ਬੰਦੇ ਨੇ ਸੁਣਾਇਆ ਹੁਣ ਤੁਹਾਨੂੰ ਕਹਿੰਦੇ ਤੂੰ ਜਿੱਤੋਂ ਸੁਣਿਆ, ਹੁਣ ਜੇ ਤੁਸੀਂ ਪਿਛੋਕੜ ਤੱਕ ਜਾਓਗੇ ਤੇ ਨਾ ਗੱਲ ਦਾ ਸਿਰ ਤੇ ਨਾ ਗੱਲ ਦਾ ਪੈਰ। ਇਸ ਕਰਕੇ ਮੈਂ ਬੇਨਤੀ ਕਰਦਾ ਭਾਈ, ਸੁਣੀਆਂ ਸੁਣੀਆਂ ਗੱਲਾਂ ਇੱਧਰ ਉੱਧਰ ਨਾ ਕਰਿਆ ਕਰੋ, ਉਹਦੇ ਨਾਲ ਵੀ ਆਪਣੇ ਘਰਾਂ 'ਚ ਕਲੇਸ਼ ਹੀ ਹੁੰਦਾ, ਇਸ ਤੋਂ ਵੱਧ ਕੁਛ ਵੀ ਨਹੀਂ। ਹਾਂ, ਜੇ ਤੁਹਾਨੂੰ ਗੱਲ ਦਾ ਪਤਾ ਹੈ, ਬਾਕੀ ਉਹ ਸੱਚ ਹੈ, ਫਿਰ ਜਿਹਦੇ ਬਾਬਤ ਉਹ ਗੱਲ ਤੁਸੀਂ ਉਹਨੂੰ ਸਮਝਾ ਵੀ ਸਕਦੇ। ਸਮਝਣਾ ਨਾ ਸਮਝਣਾ ਅਗਲੇ ਦੀ ਮੌਤ ਹੈ। ਗੁਰੂ ਸਾਹਿਬ ਤੇ ਸਮਝਾਉਂਦੇ ਨੇ, ਗੁਰੂ ਸਾਹਿਬ ਸਮਝਾਉਂਦੇ ਨੇ, ਖਿਆਲ ਰੱਖ, ਅਸੀਂ ਨਹੀਂ ਸਮਝਾਉਂਦੇ। ਪਰ ਕਈ ਲੋਕ ਸਮਝਦੇ ਵੀ ਨਹੀਂ, ਸਾਥ ਤੇ ਵੀ ਬੇਨਤੀ ਨਾ ਕਰ, ਨਹੀਂ ਸਮਝਦੇ ਪਏ, ਤੇ ਜਿਹੜੇ ਨਹੀਂ ਸਮਝਦੇ ਫਿਰ ਉਹ ਧੱਕੇ ਵੀ ਖਾਂਦੇ ਨੇ। ਅਗਲੀ ਗੱਲ, ਸਾਹਿਬ ਨੇ ਪ੍ਰਮਾਣ ਕੀਤਾ, ਜੈ ਪ੍ਰਸਾਦ ਤੁਝ ਕੌ ਨਾ ਪਹੁੰਚੈ, ਜਿਹਦੀ ਮਿਹਰ ਸਦਕਾ ਤੇਰੇ ਬਰਾਬਰ ਨਹੀਂ ਕੋਈ ਪੁੱਜ ਸਕਦਾ, ਤੇਰੀ ਬਰਾਬਰੀ ਨਹੀਂ ਕੋਈ ਕਰ ਸਕਦਾ। ਮਨ ਸਾਥ ਸਾਥ ਸਿਮਰੋ ਪ੍ਰਭਾਈ ਉੱਚੇ, ਮਨ ਕਹਿੰਦੇ ਉਹ ਮਨਾ ਹਰੇਕ ਸਵਾਸ ਉਸ ਮਾਲਕ ਨੂੰ ਸਿਮਰ, ਉਸ ਮਾਲਕ ਨੂੰ ਯਾਦ ਕਰ। ਫਿਰ ਅੱਗੇ ਸਤਿਗੁਰ ਨੇ ਫਰਮਾਨ ਕੀਤਾ, ਜੈ ਪ੍ਰਸਾਦ ਪਾਈ ਦੁਰਲਭ ਦੇਹ, ਦੇਹ ਤੋਂ ਭਾਵ ਹੈ ਸਰੀਰ। ਸਾਹਿਬ ਕਹਿੰਦੇ ਜਿਹਦੀ ਮਿਹਰ ਸਦਕਾ ਤੈਨੂੰ ਦੁਰਲਭ ਦੇਹ ਹੀ ਮਿਲੀ ਹੈ, ਦੁਰਲਭ ਸਰੀਰ ਮਿਲਿਆ। ਭਾਵੇਂ ਦੀ ਬਾਣੀ ਪੜ੍ਹ ਕੇ ਵੇਖੋ, ਮਾਨਸ ਜਨਮ ਦੁਰਲਭ ਹੈ,
ਇਹਨਾਂ ਵਾਰ ਇਹ ਵਾਰ ਵਾਰ ਨਹੀਂ ਮਿਲਣਾ, ਤੇ ਹੁਣੇ ਮਿਲ ਗਿਆ ਤੇ ਮਾਲਕ ਦੀ ਮਿਹਰ ਹੋ ਗਈ, ਇਹਦੀ ਸੰਭਾਲ ਕਰੀਏ ਕਦਰ ਕਰੀਏ। ਨਾਨਕ ਤਾਂ ਕੀ ਭਗਤ ਕਰੇ, ਮਾਲਕ ਉਹਦੀ ਭਗਤੀ ਕਰ ਜਿਹਦੀ ਮਿਹਰ ਸਦਕਾ ਤੈਨੂੰ ਦੁਰਲਭ ਸ਼ੀਰਿਤ ਮਿਲੇ। ਅਗਲੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ, ਇਹ ਚੀਜ਼ਾਂ ਵੀ ਅਸੀਂ ਵਰਤਦੇ ਹਾਂ ਜੀ। ਜੈ ਪ੍ਰਸਾਦ ਆ ਭੁੱਖਣ ਪਹਿਰੀ ਜੈ, ਮਾਲਕ ਦੇ ਜੀ ਦੀ ਮਿਹਰ ਸਦਕਾ ਤੁਸੀਂ ਗਹਿਣੇ ਪਾਉਂਦੇ ਹੋ, ਪਾਉਂਦੇ ਕਿ ਨਹੀਂ ਗਹਿਣੇ? ਅੱਛਾ, ਗਹਿਣਿਆਂ ਦੀ ਸੰਭਾਲ ਵਾਸਤੇ ਸਾਡੇ ਕੋਲ ਇੱਕ ਡੱਬਾ ਵੀ ਹੁੰਦਾ ਜਿਹਦੇ ਸੰਭਾਲ ਕਰਕੇ ਜਾਂਦੇ ਨੇ ਗਹਿਣੇ। ਹੁਣ ਗਹਿਣੇ ਕੀ ਕਰਦੇ ਨੇ? ਸਾਡੀ ਸੁੰਦਰਤਾ ਚ ਵਾਧਾ ਕਰਦੇ ਨੇ ਗਹਿਣੇ। ਪਰ ਸਾਹਿਬ ਜੀ ਨੇ ਬਾਣੀ ਦਾ ਫਰਮਾਨ ਕੀਤਾ, ਕਹਿੰਦੇ ਤੁਸੀਂ ਗਹਿਣਿਆਂ ਨੂੰ ਪਾ ਕੇ ਕੇਵਲ ਸਰੀਰ ਦੀ ਸੁੰਦਰਤਾ ਚ ਵਾਧਾ ਕਰ ਸਕਦੇ ਹੋ ਕੁਝ ਸਮੇਂ ਵਾਸਤੇ ਬਸ, ਜ਼ਿਆਦਾ ਲੰਬਾ ਸਮਾਂ ਨਹੀਂ। ਜੇ ਤੁਸੀਂ ਲੰਬਾ ਸਮਾਂ ਆਪਣੇ ਸਰੀਰ ਦੀ ਆਪਣੇ ਜੀਵਨ ਦੀ ਸੁੰਦਰਤਾ ਨੂੰ ਬਣਾ ਕੇ ਰੱਖਣਾ ਹੈ, ਫਿਰ ਹਜ਼ੂਰ ਨੇ ਫਰਮਾਨ ਕੀਤਾ ਇਸ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਫਿਰ ਦੈਵੀ ਗੁਣਾਂ ਦੇ ਨਾਲ ਆਪਣਾ ਜੀਵਨ ਸ਼ਿੰਗਾਰੀਏ। ਸਤ, ਸੰਤੋਖ, ਦਇਆ, ਧਰਮ, ਸ਼ਿੰਗਾਰ ਬਣਾਵੋ, ਫਿਰ ਇਹਨਾਂ ਦੈਵੀ ਗੁਣਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਈਏ ਤੇ ਸਾਡਾ ਜੀਵਨ ਸਦਾ ਹੀ ਸੋਹਣਾ ਬਣਿਆ ਰਹੇਗਾ। ਹਜ਼ੂਰ ਕੀ ਫਰਮਾਨ ਕਰਦੇ ਨੇ? ਜੈ ਪ੍ਰਸਾਦ ਆ ਭੁੱਖਣ ਪਹਿਰੀ ਜੈ, ਮਨ ਤਿਸ ਪ੍ਰਭ ਕੋ ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਸ਼ਬਦ ਕਹਿੰਦੇ ਹੋ ਮਨਾ ਉਸ ਮਾਲਕ ਨੂੰ ਯਾਦ ਕਰਨ ਲੱਗਿਆ ਤੂੰ ਕਿਉਂ ਸੁਸਤ ਹੁੰਦਾ? ਹੁਣ ਕਈਆਂ ਨੇ ਤੇ ਦੇਖੋ ਗਹਿਣੇ ਬਣਾਉਣ ਵਿੱਚ ਕਿੱਟੀਆਂ ਵੀ ਪਾਈਆਂ ਹੁੰਦੀਆਂ ਨੇ ਸੁਨਿਆਰਿਆਂ ਕੋਲ, ਵੀ ਚੱਲ ਬਾਲੇ ਨਾਲ ਕੁਝ ਬਣ ਹੀ ਜਾਊਗਾ, ਉਹ ਗਹਿਣਾ ਕੱਟਾ ਬਣ ਜਾਊਗਾ। ਪਰ ਹੁਣ ਸਾਧਸੰਗ ਜੀ ਤੁਸੀਂ ਵੇਖੋ ਸਮੇਂ ਦੀਆਂ ਵਕਤੀ ਹਕੂਮਤਾਂ ਨੇ ਐਸੇ ਐਸੇ ਸਿਸਟਮ ਤੇ ਪਲਾਨ ਤਿਆਰ ਕੀਤੇ ਆ, ਸਾਡੇ ਕੋਲ ਪੈਸਾ ਵੀ ਖੋਲਿਆ, ਸਾਡੇ ਕੋਲ ਗਹਿਣਾ ਕੱਟਾ ਵੀ ਖੋਲਿਆ। ਜਦਕਿ ਤੁਸੀਂ ਪੁਰਾਣੇ ਲੋਕਾਂ ਨੂੰ ਵੇਖੋਗੇ ਉਹ ਆਪਣੇ ਕੋਲ ਸੋਨਾ ਜ਼ਰੂਰ ਰੱਖਦੇ ਸਨ, ਜ਼ਰੂਰ ਸ਼ਸਤਰ ਵੀ ਜ਼ਰੂਰ ਰੱਖਦੇ ਸਨ ਆਪਣੇ ਕੋਲ। ਜੇ ਤੁਹਾਡੇ ਕੋਲ ਸੋਨਾ ਹੈ, ਤੁਹਾਡੇ ਕੋਲ ਧਾਤ ਹੈ, ਜਿੰਨੇ ਮਰਜ਼ੀ ਤੁਸੀਂ ਉਹਦਾ ਮੁੱਲ ਵੱਟ ਸਕਦੇ ਹੋ, ਪਰ ਸੋਨੇ ਦੀ ਕੀਮਤ ਕਦੇ ਨਹੀਂ ਘੱਟਦੀ, ਕਦੇ ਵੀ ਨਹੀਂ ਘੱਟਦੀ। ਪਰ ਸਕਤ ਜਿਹਦੀ ਮਿਹਰ ਨਾਲ ਜਿਹਦੀ ਕਿਰਪਾ ਸਕਤ ਕੋਲ ਸਭ ਕੁਝ ਹੈ ਉਹਨੂੰ ਯਾਦ ਤੇ ਕਰ ਪਾਈ। ਅਗਲੀ ਗੱਲ ਸਾਹਿਬ ਨੇ ਪ੍ਰਮਾਣ ਕੀਤਾ, ਜੈ ਪ੍ਰਸਾਦ ਆਸਵ ਹਸਤ ਅਸਵਾਰੀ, ਮਾਲਕ ਨੇ ਜਿਹਦੀ ਕਿਰਪਾ ਨਾਲ ਤੇਰੇ ਕੋਲੇ ਘੋੜੇ ਨੇ, ਹਾਥੀ ਨੇ, ਅੱਜ ਕੱਲ ਹਾਥੀ ਘੋੜਿਆਂ ਦੀ ਥਾਂ ਗੱਡੀਆਂ ਕਾਰਾਂ ਮੋਟਰਾਂ ਨੇ ਲੈ ਲਈ ਕਿ ਨਹੀਂ ਭਾਈ? ਜੇ ਤੁਹਾਡੇ ਕੋਲੇ ਗੱਡੀ ਹੈ ਮਾਲਕ ਦਾ ਸ਼ੁਕਰ ਕਰੋ, ਉਹ ਕਿਹੜਾ ਕਿਸੇ ਹਾਥੀ ਨਾਲੋਂ ਘੱਟ ਹੈ, ਉਹ ਕਿਹੜਾ ਕਿਸੇ ਹਾਥੀ ਨਾਲੋਂ ਘੱਟ ਹੈ, ਜੇ ਤੁਹਾਡੇ ਕੋਲ ਸਾਧਨ ਨੇ ਰੱਬ ਦਾ ਸ਼ੁਕਰ ਕਰੋ, ਰੱਬਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਜੀਵਨ ਸੁਖਾਲਾ ਬਣਾਉਣ ਵਾਸਤੇ ਸਾਧਨ ਦਿੱਤਾ। ਫਿਰ ਸਾਹਿਬ ਜੀ ਨੇ ਫਿਰ ਫਰਮਾਨ ਕੀਤਾ, ਕਹਿੰਦੇ ਨੇ ਤਿਸ ਪ੍ਰਭ ਕੋ ਕਮੁਨਾ ਵਿਸਾਰੀ, ਹੈ ਪ੍ਰਸਾਦ ਅਸਵ ਹਸ ਅਸਵਾਰੀ, ਮਨ ਤਿਸ ਪ੍ਰਭ ਕੋ ਕਮੁਨਾ ਵਿਸਾਰੀ, ਪਾਤਸ਼ਾਹ ਕਹਿੰਦੇ ਨੂੰ ਕਦੇ ਵੀ ਵਿਸਾਰ ਨਾ,
ਉਹਨੂੰ ਭੁਲਾ ਨਾ। ਅਗਲੀ ਗੱਲ ਸਾਹਿਬ ਜੀ ਫਰਮਾਨ ਕਰਦੇ ਨੇ, ਜੈ ਪ੍ਰਸਾਦ ਬਾਗ ਮਿਲਕ ਧਨਾ, ਪਾਤਸ਼ਾਹ ਕਹਿੰਦੇ ਜੀ ਦੀ ਮਿਹਰ ਸਦਕਾ ਤੇਰੇ ਕੋਲੇ ਦੇਸਾਂ ਵਿਦੇਸਾਂ ਪਤਾ ਨੀ ਕਿਹੜੇ ਕਿਹੜੇ ਸ਼ਹਿਰ ਚ ਤੇਰੇ ਕੋਲੇ ਜ਼ਮੀਨ ਜਾਇਦਾਦ ਹੈ, ਮਕਾਨ ਹੈ। ਬੰਦਾ ਕਹਿੰਦਾ ਜੀ ਉੱਥੇ ਵੀ ਆਪਣਾ ਫਲੈਟ, ਉੱਥੇ ਵੀ ਫਲੈਟ, ਉੱਥੇ ਵੀ ਫਲੈਟ, ਉੱਥੇ ਵੀ ਫਲੈਟ ਹੈ, ਆਪ ਕਿੱਥੇ ਹੈ? ਆਪ ਮੈਂ ਬਾਹਰ ਬੈਠਾ। ਇਹਨਾਂ ਨੂੰ ਸਾਂਭਦਾ ਕੌਣ? ਬੜਾ ਔਖਾ ਜੀ, ਸੰਭਾਲਣਾ ਕੀ ਕਰੀਏ? ਦੁਆਰ ਤੇ ਤਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ। ਖਜੂਰ ਨੇ ਕੀ ਫਰਮਾਇਆ? ਰਾਖ ਪ੍ਰੋਏ ਪ੍ਰਭੇ ਆਪਣੇ ਮਾਰਾ, ਜਿਹਦੀ ਕਿਰਪਾ ਸਦਕਾ ਤੂੰ ਮਨ ਸੁਹਾਣੀਆਂ ਥਾਵਾਂ ਤੇ ਪ੍ਰਾਪਰਟੀ ਦਾ ਮਾਲਕ ਆ। ਪਾਤਸ਼ਾਹ ਕਹਿੰਦੇ ਉਸ ਮਾਲਕ ਨੂੰ ਭਾਈ ਯਾਦ ਰੱਖ। ਅਗਲੀ ਗੱਲ ਸਾਹਿਬ ਨੇ ਫਰਮਾਨ ਕੀਤਾ, ਜਿਨ ਮਨ ਤੇਰੀ ਮਾਨਤ ਬਣਾਈ, ਜਿਹਨੇ ਤੇਰੀ ਸੋਹਣੀ ਬਣਤਰ ਬਣਾਈ ਹੈ ਜਿਸ ਪਰਮੇਸ਼ਰ ਨੇ, ਫਿਰ ਉਠਤ ਬੈਠਤ ਸਦ ਧਿਆਈ, ਤੈਨੂੰ ਤੇ ਚਾਹੀਦਾ ਉੱਠਦੇ ਬਹਿੰਦਿਆਂ ਨੂੰ ਧਿਆ ਨੂੰ ਯਾਦ ਕਰਦਾ ਸ਼ੁਕਰਾਨਾ ਦਾ। ਔਰ ਅਖੀਰ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤਿਸੈ ਧਿਆਏ ਜੋ ਇੱਕ ਲੱਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ। ਮਾਲਕ ਨੇ ਉਹਨੂੰ ਧਿਆ ਜਿਹੜਾ ਲਖਤਾ ਤੋਂ ਰਹਿ, ਉਹਨੂੰ ਯਾਦ ਕਰ ਜੋ ਲਖਿਆ ਨਹੀਂ ਜਾ ਸਕਦਾ। ਹਾਂ, ਉਹਨੂੰ ਯਾਦ ਕਰ ਜਿਹੜਾ ਇਹਾਂ ਨਾਨਕ ਤੇਰੀ ਰੱਖੈ, ਪਾਪ ਕੇ ਲੋਕ ਪਰਲੋਕ, ਪਾਪ ਕੇ ਘਰ ਦੇ ਅੰਦਰ ਘਰ ਦੇ ਬਾਹਰ, ਪਾਪ ਕੇ ਹਰ ਥਾਂ ਤੇ ਜਿਹੜਾ ਤੇਰਾ ਮਦਦਗਾਰ ਹੈ ਉਹਨੂੰ ਯਾਦ ਕਰ, ਉਹਨੂੰ ਸਿਮਰਨਾ ਕਰ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਚੌਹਾਂ ਪਦਿਆਂ ਦੇ ਰਾਹੀਂ ਮਾਲਕ ਦੇ ਵੱਲੋਂ ਦਿੱਤੀਆਂ ਹੋਈਆਂ ਬੇਅੰਤ ਦਾਤਾਂ ਦਾ ਜ਼ਿਕਰ ਕੀਤਾ, ਜਿਹਨਾਂ ਦਾਤਾਂ ਨੂੰ ਅਸੀਂ ਹਰ ਵੇਲੇ ਹਰ ਥਾਂ ਤੇ ਹਰ ਸਮੇਂ ਵਰਤ ਗਏ ਹਾਂ। ਪਾਤਸ਼ਾਹ ਕਹਿੰਦੇ ਬਸ ਜਿਹਨੇ ਦਾਤ ਦਿੱਤੀ ਹੈ ਉਹਦਾ ਸ਼ੁਕਰਾਨਾ ਅਦਾ ਕਰ। ਪਰ ਸਾਡੀ ਹਾਲਤ ਕੀ ਹੈ? ਦਾਤ ਪਿਆਰੀ ਬਿਸਤਰਿਆ ਦਾ ਤਾਰਾ, ਸਾਨੂੰ ਦਾਤ ਚੰਗੀ ਲੱਗਦੀ ਹੈ, ਦਾਤਾਂ ਪਸੰਦ ਹੀ ਨਹੀਂ ਹੈ, ਦੇਣ ਵਾਲਾ ਚੰਗਾ ਨਹੀਂ ਲੱਗਦਾ। ਮਾਲਕ ਕਹਿੰਦੇ ਨਾ ਭਾਈ, ਜਿਹਨੇ ਦਾਤ ਦਿੱਤੀ ਹੈ ਉਸ ਦਾਤ ਨੂੰ ਪਿਆਰ ਕਰੀਏ, ਉਹਦੇ ਗੁਣ ਗਾਈਏ, ਉਹਦੀਆਂ ਸਿਫਤਾਂ ਕਰੀਏ, ਉਹਦਾ ਨਾਮ ਜਪ ਕੇ ਆਪਣਾ ਜੀਵਨ ਸਵਾਰਨ ਵਾਲੇ ਬਣੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਦੌਰਾਨ ਹੋਈਆਂ ਭੁੱਲਾਂ ਮੇਰੀ ਝੋਲੀ ਪਾ ਦੇਣੀਆਂ, ਉਪਦੇਸ਼ ਗੁਰੂ ਸਾਹਿਬ ਦਾ ਜਾਣ ਕੇ ਸਿਰ ਦੇ ਦੱਸਣਾ, ਪ੍ਰਕਾਸ਼ ਕਰਨੀ ਅਸੀਸ ਵਚਨੀ ਪਾਤਸ਼ਾਹ ਬੋਧ ਦੇ ਵਿੱਚ ਮਨ ਪਰਛਾ, ਤਾਂ ਕਿ ਗੁਰਮੁਖਾਂ ਦੀ ਰਾਹ ਤੇ ਤੁਰਦੇ ਹੋਏ ਗੁਰੂ ਗ੍ਰੰਥ ਗੁਰੂ ਮਨ ਦੀ ਸੇਵਾ ਚੰਗੀ ਤਰ੍ਹਾਂ ਨਾਲ ਕਰ ਸਕੀਏ। ਬਖਸ਼ੋ ਸੀਸ ਕੁਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ।